ਸਾਈਕਲ ਸਵਾਰ ਨੂੰ ਦਰੜ ਗਿਆ ਤੇਜ਼ ਰਫ਼ਤਾਰ ਟਿੱਪਰ, ਮੌਕੇ ਤੇ ਹੀ ਹੋਈ ਚਾਲਕ ਦੀ ਮੌਤ। ਲੋਕਾਂ ਨੇ ਗੁੱਸੇ 'ਚ ਕੀਤਾ ਹਾਈਵੇ ਜਾਮ। ਤਾਂ ਦੱਸ ਦਈਏ ਕਿ ਵੱਡਾ ਹਾਦਸਾ ਹੋਇਆ ਹੈ ਜਿੱਥੇ ਇੱਕ ਟਿੱਪਰ ਨੇ ਸਾਈਕਲ ਤੇ ਜਾ ਰਹੇ ਚਾਲਕ ਨੂੰ ਦਰੜ ਦਿੱਤਾ, ਜਿਸ ਦੇ ਵਿੱਚ ਉਸਦੀ ਮੌਤ ਹੋ ਜਾਂਦੀ ਹੈ। ਤਾਂ ਹਾਦਸੇ ਤੋਂ ਬਾਅਦ ਮੌਕੇ ਤੋਂ ਟਿੱਪਰ ਚਾਲਕ ਫਰਾਰ ਹੋ ਜਾਂਦਾ ਹੈ ਤੇ ਫਿਰ ਗੁੱਸੇ ਦੇ ਵਿੱਚ ਆ ਕੇ ਲੋਕਾਂ ਦੇ ਵੱਲੋਂ ਸੜਕ ਨੂੰ ਜਾਮ ਕਰ ਦਿੱਤਾ ਜਾਂਦਾ ਹੈ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਗੜਸ਼ੰਕਰ ਤੋਂ ਸਾਹਮਣੇ ਆਇਆ, ਜਿੱਥੇ ਸਾਈਕਲ ਤੇ ਜਾ ਰਹੇ ਇੱਕ ਸ਼ਖਸ ਨੂੰ ਪਿੱਛੋਂ ਆ ਰਹੇ ਇੱਕ ਟਿੱਪਰ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ, ਜਿਸ ਦੇ ਵਿੱਚ ਉਸਦੀ ਮੌਤ ਹੋ ਜਾਂਦੀ ਹੈ। ਤਾਂ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਤਾਂ ਹਾਦਸੇ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਲੋਕਾਂ ਨੇ ਸੜਕ ਜਾਮ ਕੀਤੀ ਅਤੇ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਤਾਂ ਲੋਕਾਂ ਨੇ ਆਰੋਪ ਲਗਾਏ ਕਿ ਰੋਡ ਤੇ ਓਵਰਲੋਡ ਟਿੱਪਰ ਕੀਮਤੀ ਜਾਨਾਂ ਨੂੰ ਨਿਗਲ ਰਹੇ ਨੇ। ਤਾਂ ਇਹਨਾਂ ਟਿੱਪਰਾਂ ਦਾ ਸਮਾਂ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਦਾ ਨਿਸ਼ਚਿਤ ਕੀਤਾ ਹੋਇਆ, ਪਰੰਤੂ ਫਿਰ ਵੀ ਇਹ ਕਾਨੂੰਨ ਦੇ ਨਿਯਮਾਂ ਨੂੰ ਇੱਕ ਪਾਸੇ ਟੰਗ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਲੈ ਰਹੇ ਨੇ। ਤਾਂ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਫਿਰ ਤੋਂ ਆਵਾਜਾਈ ਸ਼ੁਰੂ ਕਰਵਾਈ ਜਾਂਦੀ ਹੈ ਤੇ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਰਖਵਾਇਆ ਜਾਂਦਾ ਹੈ। ਤਾਂ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਹੁਣ ਉਹਨਾਂ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਹ ਬੰਦਾ ਪਿੱਛੇ ਸੀ, ਸਾਡੇ ਅੱਖਾਂ ਦੇ ਮੋਹਰੇ ਇੱਥੇ ਐਕਸੀਡੈਂਟ ਹੋ ਗਿਆ ਜੀ। ਉਹ ਬੰਦਾ ਟਿੱਪਰ ਚਲਾਇਆ, ਟਿੱਪਰ ਚਲਾ ਕੇ ਨੱਠ ਗਿਆ। ਉਸ ਬੰਦੇ ਨੂੰ ਇਹ ਨਹੀਂ ਕਿਸੇ ਦੀ ਦਰਦ ਦੀ ਪ੍ਰੋਬਲਮ ਪਤਾ ਵੀ ਦਰਦ ਕੀ ਚੀਜ਼ ਆ। ਇਹ ਹੈ ਵੀ ਉਹ ਬੰਦੇ ਨੂੰ ਇਨਸਾਫ਼ ਚਾਹੀਦਾ। ਮੈਡਮ ਰੋਜ਼ ਆਵਾਜ਼ ਉਠਾਉਂਦੇ ਆ, ਅਸੀਂ ਇਨਸਾਫ਼ ਚਾਹੀਦਾ, ਸਾਡੇ ਅੱਖਾਂ ਦੇ ਮੋਹਰੇ ਇਹ ਕੰਮ ਹੋ ਗਿਆ। ਪਰ ਇਹ ਜਿਹੜੀ ਪੁਲਿਸ ਆ ਇਹ ਆਪਣੀ ਪੁੱਜਿਆਲ ਤੋਂ ਡਿਊਟੀ ਛੱਡ ਕੇ ਆਈ ਆ। ਗੜਸ਼ੰਕਰ ਥਾਣੇ ਵਾਲਿਆਂ ਨੂੰ ਪੁੱਛੋ ਕਿ ਉਹਨਾਂ ਦੀ ਜਿਹੜੀ ਪੁਲਿਸ ਆ ਉਹ ਮੌਕੇ 'ਤੇ ਕਿਉਂ ਨਹੀਂ ਪਹੁੰਚੀ? ਸਰ ਜੀ ਐਂਬੂਲੈਂਸ ਹਜੇ ਤੱਕ ਨਹੀਂ, 2.5 ਘੰਟੇ ਹੋ ਗਏ ਸਰ ਜੀ, ਐਂਬੂਲੈਂਸ ਨਹੀਂ ਪਹੁੰਚੀ। 2.5 ਘੰਟੇ ਪਹਿਲਾਂ ਸ਼ਾਹਪੁਰ ਅੱਡੇ 'ਤੇ ਧਰਨਾ ਲਾਇਆ ਸੀ ਔਰ ਪੁਲਿਸ ਮੁਲਾਜ਼ਮਾਂ ਨੇ ਬਕਾਇਦਾ ਮੈਡਮ ਨਿਮਿਸ਼ਾ ਮਹਿਤਾ ਜੀ ਨੂੰ ਇਹ ਗੱਲ ਕਹੀ ਸੀ ਕਿ ਅਸੀਂ ਬਕਾਇਦਾ ਟੈਸਟ ਕਰਾਂਗੇ, ਅਸੀਂ ਬਕਾਇਦਾ ਜਿਹੜੇ ਟੈਸਟ ਕਰਾਂਗੇ ਟਿੱਪਰ ਵਾਲਿਆਂ ਦੇ, ਵੀ ਨਸ਼ਾ ਕਰਕੇ ਟਿੱਪਰ ਚਲਾਉਂਦੇ ਆ। ਆਹ ਦੇਖੋ ਅਸੀਂ ਧਰਨਾ ਨਸ਼ਾ ਹੋਣ ਦੇ ਬਾਵਜੂਦ ਤਾਂ ਇਹ ਜਿਹੜਾ ਹੋਇਆ, ਨਾਲੇ ਨਾਲ ਟਾਈਮ ਦਿੱਤਾ ਵੀ 10 ਵਜੇ ਤੋਂ ਪਹਿਲਾਂ ਟਿੱਪਰ ਨਹੀਂ ਆਉਣਗੇ ਥੱਲੇ, ਤੇ ਜਿਹੜੇ ਸਵੇਰੇ 6 ਵਜੇ ਟਿੱਪਰ ਬੰਦ ਹੋ ਜਾਊਗਾ। ਸਾਥੀਓ ਇਹ 17ਵਾਂ ਕਤਲ ਵਾ, ਇਹ ਲਗਾਤਾਰ ਓਵਰਲੋਡ ਟਿੱਪਰ ਚੱਲਦੇ ਆ, ਸੜਕ ਛੋਟੀ ਆ, ਰੋਜ਼ਾਨਾ ਇੱਦਾਂ ਦੀਆਂ ਗੱਲਾਂ ਕਰਦੇ ਆ। ਅਸੀਂ ਪਹਿਲੇ ਦਿਨ ਤੋਂ ਜਦੋਂ ਭੰਗਲਾ ਵਾਲੇ ਦਾ ਇਕੱਲੇ ਮੁੰਡੇ ਦਾ ਕਤਲ ਹੋਇਆ ਉਦੋਂ ਵੀ ਲੜੇ ਸੀ, ਅੱਜ ਵੀ ਅਸੀਂ ਖੜੇ ਆ। ਅੱਜ ਸਾਡੇ ਪਿੰਡ ਦਾ ਗੜੀ ਮੱਠੋ ਦਾ ਇਹ ਮੁੰਡਾ ਜਿਹੜਾ ਮਾਰਿਆ ਗਿਆ, ਅਸੀਂ ਚਾਹੁੰਦੇ ਇਨਸਾਫ਼ ਦਿੱਤਾ ਜਾਵੇ ਤੇ ਉਹਨਾਂ ਨੂੰ ਸਖ਼ਤ ਕਾਰਵਾਈ ਕੀਤੀ ਜਾਵੇ ਉਸ ਬੰਦਿਆਂ ਦੀ, ਜਿਹੜੇ ਬੰਦੇ ਇਹਦੇ ਲਈ ਦੋਸ਼ੀ ਆ। ਇਹ ਟਿੱਪਰਾਂ ਵਾਲਿਆਂ ਨੂੰ ਕਿਹਾ ਸੀ ਵੀ ਰਾਤ ਨੂੰ ਤੁਸੀਂ 10 ਵਜੇ ਚੱਲੋ, ਸਵੇਰੇ 6 ਵਜੇ ਬੰਦ ਹੋ। ਜੇ ਲਗਾਤਾਰ ਮਾਰਦੇ ਰਹੇ ਲੋਕ ਹੋਰ ਲੜਾਈ ਤੇਜ਼ ਕਰੂਗੇ, ਅਸੀਂ ਚਾਹੁੰਦੇ ਹਾਂ ਇਹਨਾਂ ਨੂੰ ਇਨਸਾਫ਼ ਦਿੱਤਾ ਜਾਵੇ। ਤੇ ਨੰਗਲ ਰੋਡ ਤੇ ਜਿਹੜਾ ਕੋਈ ਟਿੱਪਰ ਨਾ ਕੋਈ ਬੰਦਾ ਜਿਹੜਾ ਕੈਜੁਅਲਟੀ ਹੋ ਗਈ ਆ, ਤੇ ਮੈਂ 112 ਦੀ ਕੰਪਲੇਂਟ 'ਤੇ ਗਿਆ ਸੀਗਾ ਹਮੋਜੀਪੁਰ, ਜਦੋਂ ਮੈਨੂੰ ਤਲਾਹ ਮਿਲੀ ਆ ਆਉਂਦੇ ਨੂੰ 5-7-10 ਮਿੰਟ ਲੱਗ ਗਏ ਆ। ਆਉਣ ਤੋਂ ਬਾਅਦ ਜਿਹੜੇ ਆ ਲੋਕਾਂ ਨੇ ਰੋਸ ਪ੍ਰਗਟ ਕੀਤਾ ਆ ਕਿ ਜਿਹੜੇ ਟਿੱਪਰ ਇਸੋ ਬੰਦ ਹੋਣੇ ਚਾਹੀਦੇ ਆ, ਲੇਕਿਨ ਹੁਣ ਜਿਹੜੀ ਮੌਕੇ ਦੀ ਵੀਡੀਓ ਕਢਾ ਰਹੇ ਹਾਂ, ਕਢਾ ਕੇ ਜਿਹੜਾ ਵੀ ਡਰਾਈਵਰ ਹੋਇਆ ਜਾਂ ਟਿੱਪਰ ਹੋਇਆ ਉਹਨੂੰ ਫੜ ਕੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ।